ਭਲਾ ਸਾਹਿਬ ਮੈਨੂੰ ਤਾਂ ਅੱਜ ਪਤਾ ਲੱਗਾ ਕਿ ਤੁਸੀਂ ਡਾਕਟਰ ਵੀ ਹੋ ਤੇ ਕਰੋਨਾ ਦਾ 100% ਇਲਾਜ ਕਰਦੇ ਹੋ ਮੈਨੂੰ ਵੀ ਕੋਈ ਦਵਾਈ ਦੱਸੋ ਬੇਟੇ ਪਹਿਲੀ ਗੱਲ ਤਾਂ ਮੇਰੀ ਲਿਖੀ ਦਵਾਈ ਖਾਣੀ ਨਹੀਂ ਪੈਂਦੀ ਲਾਉਣੀ ਪੈਂਦੀ ਦੂਜੀ ਗੱਲ ਮੇਰੀ ਲਿਖੀ ਦਵਾਈ ਕੈਮਿਸਟ ਤੋਂ ਨਹੀਂ ਮਿਲਦੀ ਹਾਰਡਵੇਅਰ ਸ਼ਾਪ ਤੋਂ ਮਿਲਦੀ ਕੀ ਨਾਮ ਹੈ ਦਵਾਈ ਦਾ ਉਹਨੂੰ ਬੇਟੇ ਫੈਵੀਕੋਲ ਕਹਿੰਦੇ ਆ ਉਹ ਪਿੱਛੇ ਲਾ ਕੇ ਨਾ ਘਰੇ ਟਿਕ ਕੇ ਬਹਿਣਾ ਪੈਂਦਾ एक बारी लोनी है बस दूसरी डोज बेटे 15 जनवरी तो बाद दसा ਭਲਾ ਸਾਹਿਬ ਮੈਨੂੰ ਤਾਂ ਅੱਜ ਪਤਾ ਲੱਗਾ ਕਿ ਤੁਸੀਂ ਡਾਕਟਰ ਵੀ ਹੋ ਤੇ ਕਰੋਨਾ ਦਾ 100% ਇਲਾਜ ਕਰਦੇ ਹੋ ਮੈਨੂੰ ਵੀ ਕੋਈ ਦਵਾਈ ਦੱਸੋ ਬੇਟੇ ਪਹਿਲੀ ਗੱਲ ਤਾਂ ਮੇਰੀ ਲਿਖੀ ਦਵਾਈ ਖਾਣੀ ਨਹੀਂ ਪੈਂਦੀ ਲਾਉਣੀ ਪੈਂਦੀ ਦੂਜੀ ਗੱਲ ਮੇਰੀ ਲਿਖੀ ਦਵਾਈ ਕੈਮਿਸਟ ਤੋਂ ਨਹੀਂ ਮਿਲਦੀ ਹਾਰਡਵੇਅਰ ਸ਼ਾਪ ਤੋਂ ਮਿਲਦੀ ਕੀ ਨਾਮ ਹੈ ਦਵਾਈ ਦਾ ਉਹਨੂੰ ਬੇਟੇ ਫੈਵੀਕੋਲ ਕਹਿੰਦੇ ਆ ਉਹ ਪਿੱਛੇ ਲਾ ਕੇ ਨਾ ਘਰੇ ਟਿਕ ਕੇ ਬਹਿਣਾ ਪੈਂਦਾ ਗੱਲ ਕੀ ਹੈ ਇਹ ਪਟਿਲਾ ਜੀ ਇੱਕ ਵਾਰੀ ਲਾਉਣੀ ਹੈ ਬਸ ਦੂਜੀ ਡੋਜ਼ ਬੇਟੇ 15 ਜਨਵਰੀ ਤੋਂ ਬਾਅਦ ਦੱਸਾਂ ਗੱਲ ਕੀ ਹੈ ਇਹ ਪਟਿਲਾ ਜੀ नमस्ते सर किटी पार्टी दी सेट ते दोनों ने मुन्ने जे कला का चुन्नु ते मुन्नु नमस्ते हाय मम्मी ते डैडी पिच गए सानू टटारी छोड़ गए आटा पीते कोका कोला असी त पानी जोगे रे हाय मम्मी ते डैडी पिच गए सानू टकाई छोड़ गए आटा खांदे जोले पंजूरे असी ते रोटी जोगे रे हाय मम्मी ते डैडी पिच गए सानू टकाई छोड़ गए नमस्ते ਭਲਾ ਸਾਹਿਬ ਮੈਨੂੰ ਤਾਂ ਅੱਜ ਪਤਾ ਲੱਗਾ ਕਿ ਤੁਸੀਂ ਡਾਕਟਰ ਵੀ ਹੋ ਤੇ ਕਰੋਨਾ ਦਾ 100% ਇਲਾਜ ਕਰਦੇ ਹੋ ਮੈਨੂੰ ਵੀ ਕੋਈ ਦਵਾਈ ਦੱਸੋ ਬੇਟੇ ਪਹਿਲੀ ਗੱਲ ਤਾਂ ਮੇਰੀ ਲਿਖੀ ਦਵਾਈ ਖਾਣੀ ਨਹੀਂ ਪੈਂਦੀ ਲਾਉਣੀ ਪੈਂਦੀ ਦੂਜੀ ਗੱਲ ਮੇਰੀ ਲਿਖੀ ਦਵਾਈ ਕੈਮਿਸਟ ਤੋਂ ਨਹੀਂ ਮਿਲਦੀ ਹਾਰਡਵੇਅਰ ਸ਼ਾਪ ਤੋਂ ਮਿਲਦੀ ਕੀ ਨਾਮ ਹੈ ਦਵਾਈ ਦਾ ਉਹਨੂੰ ਬੇਟੇ ਫੈਵੀਕੋਲ ਕਹਿੰਦੇ ਆ ਉਹ ਪਿੱਛੇ ਲਾ ਕੇ ਨਾ ਘਰੇ ਟਿਕ ਕੇ ਬਹਿਣਾ ਪੈਂਦਾ ਗੱਲ ਕੀ ਹੈ ਇਹ ਪਟਿਲਾ ਜੀ ਇੱਕ ਵਾਰੀ ਲਾਉਣੀ ਹੈ ਬਸ ਦੂਜੀ ਡੋਜ਼ ਬੇਟੇ 15 ਜਨਵਰੀ ਤੋਂ ਬਾਅਦ ਦੱਸਾਂ ਗੱਲ ਕੀ ਹੈ ਇਹ ਪਟਿਲਾ ਜੀ नमस्ते सर किटी पार्टी दी सेट ते दोनों ने मुन्ने जे कला का चुन्नु ते मुन्नु नमस्ते हाय मम्मी ते डैडी पिच गए सानू टटारी छोड़ गए आटा पीते कोका कोला असी त पानी जोगे रे हाय मम्मी ते डैडी पिच गए सानू टकाई छोड़ गए आटा खांदे जोले पंजूरे असी ते रोटी जोगे रे हाय मम्मी ते डैडी पिच गए सानू टकाई छोड़ गए एंटरटेनमेंट नाल जुड़ी हर एक खबर लई साडा फेसबुक पेज बॉलीवुड तड़का पंजाबी लाइक करो यूट्यूब चैनल सब्सक्राइब करो ते इंस्टाग्राम पेज नू फॉलो करो।